दोस्तों मैं हाँ तुहाड़ा अपना गायक लैंबर हुसैनपुरी, तुसी देख रहे हो चैनल पंजाब शान पंजाब दी। नाराजगी मेरी सीधा सीधा कैप्टन अमरिंदर सिंह जी नाल ਅਸੀਂ ਸਪੋਕਸਮੈਨ ਨਹੀਂ ਤੋਂ ਔਰ ਆਪਣੇ ਸਾਰੇ ਅਹੁਦੇ ਤੋਂ ਅਸਤੀਫਾ ਦਿੰਦੇ ਹਾਂ। ਇਹਦੇ ਝੂਠ ਤੋਂ ਅਸੀਂ ਜਿਹੜਾ ਹੈਗਾ ਉਹ ਤੰਗ ਆ ਗਿਆ। ਕੋਈ ਕਾਂਗਰਸ ਦਾ ਵਰਕਰ ਆਪਣੇ ਨੇੜੇ ਨਹੀਂ ਆਉਂਦਾ, ਕਿਸੇ ਨੂੰ ਮਿਲਦਾ ਨਹੀਂ ਹੈਗਾ ਔਰ ਕਿਸੇ ਨਾਲ ਸਿਰਫ ਅਰੂਸਾ, ਹਰ ਕੰਮ ਦੇ ਵਿੱਚ ਅਰੂਸਾ, ਹਰ ਕੰਮ ਦੇ ਵਿੱਚ ਅਰੂਸਾ। ਮੰਤਰੀ ਬਣਨਾ ਅਰੂਸਾ ਨੂੰ ਮਿਲੋ, ਅਤੇ ਜੇ ਚੇਅਰਮੈਨ ਬਣਨਾ ਅਰੂਸਾ ਨੂੰ ਮਿਲੋ, ਕਿਸੇ ਆਫਿਸਰ ਨੇ ਲੱਗਣਾ ਉਹ ਅਰੂਸਾ ਨੂੰ ਮਿਲੋ। ਅਸੀਂ ਸਰ ਕਟਾ ਸਕਦੇ ਹਾਂ, ਅਸੀਂ ਅਰੂਸਾ ਨੂੰ ਨਹੀਂ ਮਿਲ ਸਕਦੇ। ਅੱਜ ਲੋਕਾਂ ਨੂੰ ਕਹਿੰਦਾ ਰੈਲੀ ਦੇ ਵਿੱਚ ਤਕੜੇ ਹੋ ਜਾਓ। ਕਿਸ ਗੱਲ ਤੋਂ ਤਕੜੇ ਹੋ ਜਾਈਏ? ਕੀ ਦੇਤਾ ਤੂੰ ਤਕੜੇ ਹੋ ਜਾਈਏ? ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਖੜੇ ਕੀਤੇ ਜਾ ਰਹੇ ਨੇ, ਉੱਥੇ ਹੀ ਕਾਂਗਰਸ ਪਾਰਟੀ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਕਾਂਗਰਸ ਦੇ ਹੀ ਲੀਡਰ ਨਾਰਾਜ਼ ਚੱਲ ਰਹੇ ਨੇ। ਜੀ ਹਾਂ, ਇਸ ਨਾਰਾਜ਼ਗੀ ਦੇ ਚੱਲਦੇ ਹੀ ਹੁਣ ਕਾਂਗਰਸ ਵਿੱਚ ਅਸਤੀਫਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਕਾਂਗਰਸ ਦੇ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਪਰ ਇਸ ਦੇ ਨਾਲ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਭੇਦ ਵੀ ਖੋਲ੍ਹ ਕੇ ਰੱਖ ਦਿੱਤੇ। ਇੰਨਾ ਹੀ ਨਹੀਂ, ਗੁਰਵਿੰਦਰ ਸਿੰਘ ਬਾਲੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਖਾਸਮ ਖਾਸ ਦੋਸਤ ਅਰੂਸਾ ਆਲਮ ਤੇ ਵੀ ਟਿੱਪਣੀ ਕਰ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਕੰਮ ਵਿੱਚ ਅਰੂਸਾ ਆਲਮ ਨੂੰ ਮਿਲਣ ਲਈ ਕਹਿੰਦੇ ਨੇ। ਨਾਲ ਹੀ ਉਹਨਾਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਕਿ ਉਹ ਆਪਣਾ ਸਿਰ ਕਟਵਾ ਦੇਣਗੇ ਪਰ ਅਰੂਸਾ ਆਲਮ ਨੂੰ ਨਹੀਂ ਮਿਲਣਗੇ। ਮੈਂ ਆਪਣੇ ਸਭੀ ਜਿਹੜੇ ਪਦ ਹੈਗੇ ਉਹਨਾਂ ਤੋਂ ਅਸਤੀਫਾ ਦੇਣਾ, ਸਪੋਕਸਮੈਨ ਐਂਡ ਗਵਰਨਮੈਂਟ ਐਂਡ ਪੰਜਾਬ ਕਾਂਗਰਸ ਤੋਂ ਮੈਂ ਅਸਤੀਫਾ ਦੇਣਾ ਹੈਗਾ ਜੀ। ਮੈਂ ਮੀਡੀਆ ਕਮੇਟੀ ਤੋਂ ਵੀ ਅਸਤੀਫਾ ਦੇਣਾ, ਸੈਕਟਰੀਸ਼ਿਪ ਤੋਂ ਵੀ ਅਸਤੀਫਾ ਦੇ ਰਿਹਾ ਹਾਂ। ਨਾਰਾਜ਼ਗੀ ਮੇਰੀ ਸਿੱਧਾ ਸਿੱਧਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈਗਾ, ਜੋ ਇਹਨਾਂ ਨੇ ਝੂਠ ਬੋਲਿਆ ਹੈਗਾ ਪੰਜਾਬ ਦੇ ਵਿੱਚ। ਸਾਡਾ ਮਨ ਨਹੀਂ ਸੀ ਕਰਦਾ ਹੈਗਾ ਕਿ ਅਸੀਂ ਅਹੁਦੇ 'ਤੇ ਰਹਿ ਕੇ ਅਤੇ ਅਸੀਂ ਇਹੋ ਜਿਹੀ ਗੱਲ ਕਰੀਏ। ਅਸੀਂ ਹੁਣ ਅਹੁਦਿਆਂ ਤੋਂ ਮੁਕਤ ਹੋ ਗਏ ਹਾਂ, ਇਸ ਕਰਕੇ ਅਸੀਂ ਅਮਰਿੰਦਰ ਸਿੰਘ ਜੀ ਦੀ ਹਰ ਜਿਹੜਾ ਝੂਠ ਹੈਗਾ ਉਹ ਸਾਹਮਣੇ ਲੈ ਕੇ ਆਵਾਂਗੇ। ਇਹਨਾਂ ਨੇ ਹਾਈਕਮਾਂਡ ਨੂੰ ਵੀ ਝੂਠ ਬੋਲਿਆ ਕਿ ਅਸੀਂ 13 ਸੀਟਾਂ ਜਿੱਤ ਰਹੇ ਹਾਂ ਪੰਜਾਬ ਦੇ ਅੰਦਰ। ਮੈਂ ਹਾਈਕਮਾਂਡ ਨੂੰ ਕਲੀਅਰ ਕਰਤਾ ਕਿ ਅਸੀਂ 13 ਸੀਟਾਂ ਪੰਜਾਬ ਦੇ ਅੰਦਰ ਨਹੀਂ ਜਿੱਤ ਰਹੇ ਹੈਗੇ। ਹਰ ਜਗ੍ਹਾ ਦੇ ਉੱਤੇ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਉਹ ਝੂਠ ਦਾ ਪੁਲਿੰਦਾ ਹੈਗੇ ਨੇ। ਅੱਜ ਉਹ ਸਾਡੇ ਸਾਹਮਣੇ ਆ ਗਿਆ, ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਹੈਗਾ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ। ਅਸੀਂ ਸਪੋਕਸਮੈਨ ਨਹੀਂ ਤੋਂ ਔਰ ਆਪਣੇ ਸਾਰੇ ਅਹੁਦੇ ਤੋਂ ਅਸਤੀਫਾ ਦੇਣਾ। ਇਹਦੇ ਝੂਠ ਤੋਂ ਅਸੀਂ ਜਿਹੜਾ ਹੈਗਾ ਉਹ ਤੰਗ ਆ ਗਿਆ। ਕਿਸੇ ਵਰਕਰ ਦਾ ਕੋਈ ਵੀ ਕੰਮ 2 ਸਾਲ ਚ ਅਗਰ ਇਹਨੇ ਕੀਤਾ ਹੋਵੇ ਤੇ ਅਸੀਂ ਉਹਦੇ ਦੇਣਦਾਰ ਹੋਵਾਂਗੇ, ਫਿਰ ਤੁਸੀਂ ਸਾਡੀ ਗੱਲ ਨੂੰ ਝੂਠ ਸਮਝ ਲੈਣਾ। ਅੱਜ ਪੰਜਾਬ ਦੇ ਅੰਦਰ ਅਸਥਿਰਤਾ ਫੈਲੀ ਹੋਈ ਹੈ ਔਰ ਜੋ ਜੋ ਇਹਨੇ ਪੰਜਾਬ ਦੇ ਅੰਦਰ ਕੀਤਾ ਹੈਗਾ, ਜੋ ਜੋ ਇਹਨੇ 4-5 ਆਪਣੇ ਲੋਕਾਂ ਨਾਲ, ਕੋਈ ਕਾਂਗਰਸ ਦਾ ਵਰਕਰ ਆਪਣੇ ਨੇੜੇ ਨਹੀਂ ਆਉਂਦਾ, ਕਿਸੇ ਨੂੰ ਮਿਲਦਾ ਨਹੀਂ ਹੈਗਾ ਔਰ ਕਿਸੇ ਨਾਲ ਸਿਰਫ ਅਰੂਸਾ, ਹਰ ਕੰਮ ਦੇ ਵਿੱਚ ਅਰੂਸਾ, ਹਰ ਕੰਮ ਦੇ ਵਿੱਚ ਅਰੂਸਾ। ਮੰਤਰੀ ਬਣਨਾ ਅਰੂਸਾ ਨੂੰ ਮਿਲੋ, ਅਤੇ ਜੇ ਚੇਅਰਮੈਨ ਬਣਨਾ ਅਰੂਸਾ ਨੂੰ ਮਿਲੋ, ਕਿਸੇ ਆਫਿਸਰ ਨੇ ਲੱਗਣਾ ਉਹ ਅਰੂਸਾ ਨੂੰ ਮਿਲੋ। ਅਸੀਂ ਸਰ ਕਟਾ ਸਕਦੇ ਹਾਂ, ਅਸੀਂ ਅਰੂਸਾ ਨੂੰ ਨਹੀਂ ਮਿਲ ਸਕਦੇ। ਹੋਰ ਕੀ ਭੇਤ ਖੋਲੇ ਗੁਰਵਿੰਦਰ ਸਿੰਘ ਬਾਲੀ ਨੇ ਕੈਪਟਨ ਅਮਰਿੰਦਰ ਸਿੰਘ ਦੇ, ਆਓ ਸੁਣਦੇ ਹਾਂ। ਅਮਰਿੰਦਰ ਸਿੰਘ ਕੁਛ ਦੇਵੇ ਜਾਂ ਅਮਰਿੰਦਰ ਸਿੰਘ ਕੁਛ ਨਾ ਦੇਵੇ, IAS ਨੂੰ ਚੇਅਰਮੈਨ, PCS ਨੂੰ OSD, ਸਾਰਿਆਂ ਨੂੰ ਛੋਟੇ ਛੋਟੇ ਮੁੰਡੇ OSD ਇਹਨੇ ਲਾਏ ਹੋਏ ਨੇ। ਕੋਈ ਪੋਲੀਟੀਕਲ ਬੰਦਾ ਜਿਹੜਾ ਹੈਗਾ ਵੇ ਇਹਦੇ CMO 'ਚ ਨਾ ਜਾਵੇ ਮਿਲਣ ਵਾਸਤੇ ਔਰ ਆਪਣੀ ਇਨਸਲਟ ਸਮਝੇ ਔਰ ਆਪਣੀ ਬੇਇੱਜ਼ਤੀ ਸਮਝੇ। ਇਹ ਕਿਸੇ ਨੂੰ ਨਹੀਂ ਮਿਲਦਾ। ਅੱਜ ਲੋਕਾਂ ਨੂੰ ਕਹਿੰਦਾ ਰੈਲੀ ਦੇ ਵਿੱਚ ਤਕੜੇ ਹੋ ਜਾਓ। ਕਿਸ ਗੱਲ ਤੋਂ ਤਕੜੇ ਹੋ ਜਾਈਏ? ਕੀ ਦੇਤਾ ਤੂੰ ਤਕੜੇ ਹੋ ਜਾਈਏ? ਤੁਸੀਂ ਤਾਂ ਸਾਰਾ ਕੁਝ ਸਮੇਟ ਲਿਆ ਪੰਜਾਬ ਦੇ ਵਿੱਚ, ਤੁਸੀਂ ਤਾਂ ਸਾਰਾ ਕੁਝ ਪੰਜਾਬ ਦੇ ਵਿੱਚ ਕੱਟ ਲਿਆ, ਤੁਸੀਂ ਤਾਂ ਵਰਕਰਾਂ ਦੀਆਂ ਟਿਕਟਾਂ ਵੀ ਕਟਾਤੀਆਂ ਤੇ ਤੁਸੀਂ ਕਹਿਤਾ ਹੈਗਾ ਕਿ ਤਕੜੇ ਹੋ ਜਾਓ। ਕਿਸ ਕਰਕੇ ਤਕੜੇ ਹੋ ਜਾਏ? 13 ਸੀਟਾਂ ਅਮਰਿੰਦਰ ਸਿੰਘ ਨੂੰ ਨਹੀਂ ਲੈਣ ਦਿੰਦੇ ਪੰਜਾਬ ਦੇ ਵਿੱਚ। ਇਹ ਮੈਸੇਜ ਬਿਲਕੁਲ ਕਲੀਅਰ ਜਾਏਗਾ ਜਿਹੜਾ ਹੈਗਾ ਇਹ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ, ਔਰ ਸੋਨੀਆ ਜੀ ਨੂੰ ਵੀ ਝੂਠ ਬੋਲਦਾ ਔਰ ਰਾਹੁਲ ਗਾਂਧੀ ਨੂੰ ਵੀ ਝੂਠ ਬੋਲਦਾ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। It's cool to be Punjabi.